ਹੀ ਪਾਕਿਸਤਾਨ ਬਣਿਆ। 1947 ਚ ਤੋਂ ਇਹ ਨਾਰਾ ਲੱਗਿਆ ਨਾ ਲਾ ਇਲਾਹ ਇਲੱਲਾ ਦਾ, ਹਿੰਦੂ ਵੀ ਮਰ ਗਿਆ, ਸਿੱਖ ਵੀ ਮਰ ਗਿਆ, ਫਰੰਗੀ ਵੀ ਮਰ ਗਿਆ, ਗਲੀ ਗਲੀ ਚ ਉੱਠਿਆ ਬਚ ਕੇ ਰਹੇਗਾ ਹਿੰਦੁਸਤਾਨ, ਬਣ ਕੇ ਰਹੇਗਾ ਪਾਕਿਸਤਾਨ। ਪਾਕਿਸਤਾਨ ਦਾ ਮਤਲਬ ਕਿਆ? ਨਾਰਾ ਲਾਓ ਜਿਵੇਂ 1947 ਪਾਕਿਸਤਾਨ ਬਣਿਆ, 2018 ਵਿੱਚ ਮੁਹੰਮਦ ਅਰਬੀ ਦਾ ਦੀਨ ਤਖ਼ਤ ਤੇ ਆ ਜਾਏ। ਪਾਕਿਸਤਾਨ ਦਾ ਮਤਲਬ ਕਿਆ? ਸਮੁੰਦਰਾਂ ਵਿੱਚ ਘੋੜੇ ਸੁੱਟ ਦਿੱਤੇ, ਇਹੀ ਤਾਂ ਪਾਵਰ ਸੀ। ਇਹ ਕਿਹੜੀ ਪਾਵਰ ਸੀ ਸਾਹਮਣੇ ਕੋਲ? ਕੈਸਰ ਕਿਸਰੇ ਦੇ ਦਰਵਾਜ਼ੇ ਬਾਤ ਕਰਦਾ ਹੈ, ਨਿਕਲੇ ਬਾਹਰ ਮੁਹੰਮਦ ਅਰਬੀ ਆ ਗਿਆ, ਨਿਕਲੇ ਬਾਹਰ ਪਾਕਿਸਤਾਨ ਦਾ ਮਤਲਬ ਕਿਆ? ਵੈਸੇ ਦੱਸ ਜਾ ਰਿਹਾ ਸਾਰਿਆ, ਪਾਕਿਸਤਾਨ ਦਾ ਮਤਲਬ ਕਿਆ? ਦਸਤੂਰੇ ਰਿਆਸਤ ਕਿਆ ਹੋਏਗਾ? ਸਾਰੇ ਦੌਰ ਲਾ ਦੇ, ਦਸਤੂਰੇ ਰਿਆਸਤ ਕਿਆ ਹੋਏਗਾ? ਮੁਹੰਮਦ ਅਰਬੀ ਦੇ ਸ਼ੇਰ ਜਾ ਪੁੱਛੇ। ਮੈਂ ਤੇ ਸ਼ਾਦੀ ਇਹਨਾਂ ਨੂੰ ਇਹ ਵੀ ਕਿਹਾ, ਮੇਰੀ ਇੱਕ ਤਕਰੀਰ GHQ ਕਰਾ ਦੇ, GHQ ਬਗੈਰ ਹਥਿਆਰ ਤੋਂ ਪਾਕਿਸਤਾਨੀ ਫੌਜ ਮਕਬੂਜ਼ਾ ਕਸ਼ਮੀਰ ਫਤਿਹ ਨਾ ਕਰੇ ਤੇ ਮੈਨੂੰ ਨੱਪ ਲੈਣਾ। ਮੈਂ ਉਸ ਇਸਲਾਮ ਦਾ ਕਾਇਲ ਹਾਂ, ਯੂ ਯੂ ਕਦੇ ਨਹੀਂ ਕੀਤੀ, ਯੂ ਨਾ ਇਸਲਾਮ ਨਹੀਂ ਫੈਲਿਆ। ਅਗਰ ਐਸੇ ਤਾਂ ਚੂ ਕੇ ਐਸੇ ਤਾਂ ਚੂ ਕੇ ਚੂ ਦੇ ਪੁੱਤਰਾ, ਇਸਲਾਮ ਐਸੇ ਫੈਲਾ। ਸਮਝ ਆ, ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਮਿਨ ਖਾਲਿਦ ਇਬਨ ਅਲ-ਵਲੀਦ ਇਲਾ ਰਸਤੁਮ ਵ ਮਿਹਰਾਨ ਵ ਮਲਾਇ ਫਾਰਿਸ ਵ ਸਲਾਮੁ ਅਲਾ ਮਨ ਇਤਬਅ ਅਲ-ਹੁਦਾ ਅਮਾ ਬਾਅਦ ਫੈਨਾ ਨਦੂਕੁਮ ਇਲਾ ਇਸਲਾਮ ਫੈਨਾ ਬੈਤੁਮ ਵ ਅਤਿਲ ਜਿਜ਼ਯਾ ਦਹਿਯਤ ਵ ਅੰਤੁਮ ਸਾਗਿਰੂਨ ਫੈਨਾ ਬੈਤੁਮ ਇਨਮਾ ਅਨਾ ਕਾਮਨ ਯੁਹਿਬੂਨ ਅਲ-ਮੌਤਾ ਕਮਾ ਯੁਹਿਬੁ ਅਲ-ਆਦਿਮੁ ਅਲ-ਖਮਰਾ। ਇਹ ਇਸਲਾਮ ਦਾ ਬੁਨਿਆਦ ਹੈ। ਇਸਲਾਮ ਇਹ ਹੈ ਕਿ ਬਰਮਾ ਕੀ ਬੱਚੀਆਂ ਚੀਖੇ, ਬਰਮਾ ਕੀ ਬੱਚੀਆਂ ਚੀਖੇ। ਦੱਸੋ ਯਾਰ, ਬਰਮਾ ਦੀਆਂ ਨਿੱਕੀਆਂ ਨਿੱਕੀਆਂ ਬੱਚੀਆਂ ਦੇ ਸਿਰ ਗਾਲੇ ਚੋਂ ਰੱਸੀਆਂ ਪਾ ਕੇ ਬਿਸਕਟ ਸੁੱਟ ਦੇਣ, ਫਿਰ ਉਹ ਬੱਚੀਆਂ ਭੁੱਖੀਆਂ ਕਈ ਦਿਨਾਂ ਦੀਆਂ, ਫਿਰ ਉਹ ਬਿਸਕਟ ਵੱਲ ਜਾਂਦੀਆਂ ਕੁੱਤੇ ਦੀ ਤਰ੍ਹਾਂ ਉਹਨਾਂ ਨੂੰ ਖਿੱਚਦੇ। ਫਿਰ ਮੁਸਲਮਾਨਾਂ ਨੂੰ ਬਰਮਾ ਵਿੱਚ ਸਬਰ ਕਰਕੇ ਕਤਲ ਕਰਕੇ ਫਿਰ ਚੀਲਾਂ ਨੂੰ ਬੁਲਾਉਂਦੇ, ਉਹਨਾਂ ਦੇ ਬੁੱਧ ਮਰਦ ਢੋਲ ਲੈ ਕੇ ਖੜੇ ਹੁੰਦੇ, ਚੀਲਾਂ ਆਉਂਦੀਆਂ ਮੁਸਲਮਾਨਾਂ ਦੇ ਗੋਸ਼ਤ ਖਾਂਦੀਆਂ, ਫਿਰ ਢੋਲ ਹੋ ਜਾਂਦੇ। ਦੱਸੋ ਆਪਣੇ ਇਮਾਨ ਨਾਲ, ਜਦੋਂ ਬਰਮਾ ਦੀਆਂ ਔਰਤਾਂ ਚੀਖੜੀਆਂ ਹੋਈਆਂ, ਇੱਕ ਵਾਰੀ ਤਾਂ ਉਹਨਾਂ ਆਵਾਜ਼ ਲਾਈ ਹੋਣੀ ਕਿ ਦੁਬਾਰਾ ਮੁਹੰਮਦ ਬਿਨ ਕਾਸਿਮ ਨਹੀਂ ਆ ਰਹਾ। ਮੈਂ ਇਸਲਾਮ ਬਿਆਨ ਕਰਨਾ, ਇਹ ਹੀ ਮੇਰਾ ਜੁਰਮ ਹੈ, ਇਹ ਹੀ ਮੇਰਾ ਜੁਰਮ ਹੈ। ਜਿਹੜਾ ਕਹਿੰਦੇ ਮੌਲੀ ਖਾਦਮ, ਫਿਰ ਕਿਉਂ ਕਹਿੰਦਾ ਮੁਹੰਮਦ ਬਿਨ ਕਾਸਿਮ ਨਹੀਂ ਆ ਰਹਾ? ਸ਼ਾਮ ਦੀਆਂ ਬੱਚੀਆਂ ਦੀਵਾਰਾਂ ਤੇ ਲਿਖਿਆ ਦੁਬਾਰਾ ਉਮਰ ਨਹੀਂ ਆ ਰਹਾ। ਕੀ ਕਰਨਾ ਅਸੀਂ, ਕੀ ਕਰਨਾ ਅੰਬਰ? ਉਹ ਯਾਰ, ਸ਼ਾਮ ਆ ਗਲੇ ਵਿੱਚ ਰੋਟੀ ਵੀ ਹੈ, ਬਰਮਾ ਦੀਆਂ ਬੱਚੀਆਂ ਦੇ ਤੇ ਜਿਸਮ ਤੇ ਕੱਪੜੇ ਵੀ ਕੋਈ ਨਹੀਂ। ਉੱਥੇ ਕਿਸੇ ਨੂੰ ਇਨਸਾਨੀਅਤ ਯਾਦ ਆਈ? ਅੱਜ ਤੱਕ 40,000 ਬਰਮਾ ਵਿੱਚ ਮੁਸਲਮਾਨ ਸਭਾ ਕਰ ਦਿੱਤੇ, ਔਰਤਾਂ ਦੇ ਪਿਸਤਾਨ ਕੱਪ ਕੇ ਉਹਨਾਂ ਕਬਾਬ ਬਣਾ ਕੇ ਖਾਧੇ। ਦੱਸੋ ਉਹਨਾਂ ਕੋਲ ਤੇ ਕੱਪੜੇ ਵੀ ਕੋਈ ਨਹੀਂ, ਉਹਨਾਂ ਦਾ ਬੰਦਾ ਮਰ ਜਾਏ ਉਹ ਦਰਿਆ ਵਿੱਚ ਰੋੜ ਦਿੰਦੇ, ਉਹ ਤੇ ਗਾਹ ਖਾਂਦੇ ਨੇ ਬਰਮਾ ਦੇ ਮੁਸਲਮਾਨ। ਤੇ ਉਹਨਾਂ ਨੇ ਐਡਾ ਵੱਡਾ ਜੁਰਮ ਮਰ ਗਿਆ, ਜਿਹਨਾਂ ਨੂੰ ਤਾਂ ਕਲਮਾ ਕਿਉਂ ਪੜਿਆ? ਮੌਲੀ ਖਾਦਮ ਦਾ ਸਿਰਫ ਇਹੀ ਜੁਰਮ ਹੈ। ਕਾਜ਼ੀ ਤਨਵੀਰ ਅਹਿਮਦ ਕਾਦਰੀ ਸਕਾਟਲੈਂਡ ਚੋਂ ਮੈਨੂੰ ਕਿਹਾ ਕਿ ਯੂਰਪ ਦੀਆਂ ਏਜੰਸੀਆਂ ਮੇਰੇ ਕੋਲ ਆਈਆਂ, ਉਹਨੇ ਕਿਹਾ ਮੌਲੀ ਖਾਦਮ ਨਾਲ ਤੇਰੀ ਫੋਨ ਤੇ ਗੱਲ ਹੁੰਦੀ, ਉਹਨੂੰ ਕਿਹਾ ਇਹੋ ਜਿਹੀ ਤਕਰੀਰ ਨਾ ਕੀਤਾ ਕਰੇ। ਉਹਨੇ ਕਿਹਾ ਕੀ? ਉਹਨੇ ਕਿਹਾ ਉਹ ਕਹਿੰਦਾ ਫਿਰ ਮੁਹੰਮਦ ਬਿਨ ਕਾਸਿਮ ਆਉਣਾ, ਫਿਰ ਨੂਰਉਦੀਨ ਜ਼ੰਗੀ ਆਉਣਾ, ਫਿਰ ਸਲਾਹਉਦੀਨ ਅਯੂਬੀ ਆਉਣਾ, ਫਿਰ ਸ਼ਹਾਬਉਦੀਨ ਮੁਹੰਮਦ ਗੌਰੀ ਆਉਣਾ, ਫਿਰ ਤਾਰਿਕ ਬਿਨ ਜ਼ਿਆਦ ਆਉਣਾ, ਫਿਰ ਕੁਤਬਉਦੀਨ ਐਬਕ ਆਉਣਾ, ਫਿਰ ਸ਼ੇਰ ਸ਼ਾਹ ਸੂਰੀ ਆਉਣਾ। ਕਹਿਣ ਲੱਗਾ ਉਹ ਇਹ ਗੱਲਾਂ ਕਰਦਾ, ਸਾਨੂੰ ਰਾਤੀ ਨੀਂਦ ਨਹੀਂ ਆਈ। ਲੱਭੇ
نظام روٹی کے لیے بنا تھا. 70,000 مسلمان دیا ہندو سکھ چک کے لے گئے پاکستان بڑھن لگے. لکھاں کڑیاں ہون غلام احمد بٹی ہے تہاڈے علاقے دے ہی ہے 104 سال کی عمر جو انہیں فوت ہویا ہو انہیں کتاب لکھی درے اغیار سے لے کر درے یار تک انہیں کتاب بھی لکھیا انہیں کیا لکھاں کڑیاں ہو سن یہ 70,000 تے ہو سن میں جڑی ہندو سکھ چک کے بچیاں لے گئے تے لکھاں مسلماناں دیا کڑیاں ہو سن جب پاکستان بن رہے سی تے پراواں نے اپنے بہناں دیا گردناں کٹیاں پیو نے اپنے دھیاں دیا گردناں کٹیاں دریاواں وچ بچیاں چھالاں ماریاں لکھاں عزتاں تے آبروں لٹیاں گئیاں تے پھر پاکستان بنیا. تے اج کی کہندے ہیں پاکستان روٹی کے لیے بنا پاکستان لبرلزم کی طرف جا رہا ہے. آپ نے 2018 کے اندر جواب دینا ہے پاکستان لبرلزم کی طرف نہیں جا رہا پاکستان محمد عربی کی غلامی کی طرف جا رہا ہے.